ਸੱਚਮੁੱਚ ਪਿੰਡਾਂ ਦੇ ਵਿੱਚ ਵਿਕਾਸ ਹੋ ਰਹੇ ਨੇ ਸਿਰਫ ਕਿ ਗੱਲਾਂ ਚੱਲ ਰਹੀਆਂ ਨੇ ਕਾਂਗਰਸ ਸਰਕਾਰ ਵਾਅਦੇ ਲੈ ਕੇ ਆਈ ਸੀ ਗੁਰੂਗਰਾਹ ਸਾਹਿਦਿਆ ਗੁੱਟਕੇ ਦੀਆਂ ਝੂਠੀਆਂ ਸੌਹਾਂਾ ਘਾ ਕੇ ਸਰਕਾਰ ਬਣਾ ਗਈ ਇਹਨਾਂ ਨੇ ਆਖਿਆ ਸੀਗਾ ਵੀ ਅਸੀਂ ਪਿੰਡਾਂ ਦੀ ਨਹਾਰਾ ਬਦਲਾਂਗੇ ਜਾਂ ਸ਼ਹਿਰਾਂ ਦੀ ਨਹਾਰਾ ਬਦਲਾਂਗੇ ਉਹ ਇੱਕ ਨਾ ਹੀ ਰਹਿ ਗਏ ਜਿਹੜੀ ਨਸ਼ਿਆਂ ਦੀ ਗੱਲ ਕਰਦੇ ਨੇ ਪਿਛਲੀ ਸਰਕਾਰਾਂ ਦੇ ਸਮੇਂ ਨਸ਼ਾ ਸੀ ਅੱਜ ਉਹ 10 ਗੁਣਾ ਜ਼ਿਆਦਾ ਨਸ਼ਾ ਸਰੇ ਆਮ ਚਿੱਟਾ ਵੇਚਦਾ ਫੋਰਸਾ ਪ੍ਰਸ਼ਾਸਨ ਕਿਸੇ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਦੇ ਚਾ ਜੇ ਤਾਂ ਵਿਰੋਧੀ ਤਰ੍ਹਾਂ ਦੇ ਕਹਿਣ ਤੇ ਉਹ ਫਿਰ ਫੜ ਕੇ ਅੰਦਰ ਦਿੱਤੇ ਹੁੰਦੇ ਅੱਜ ਕਿਉਂ ਉਹਨਾਂ ਦੀਆਂ ਬਾਗੜੂ ਰੱਟੀਆਂ 60 60ੀਆਂ ਨਹੀਂ ਪਰ ਹੁਣ ਜੇ ਮੈਂ ਅੱਖੀਂ ਦੇਖਦਾਗਾ ਮੰਨ ਲਓ ਜਿੱਦਾਂ ਕੀ ਇਹ ਡੇਡੇ ਬੱਚੇ ਸਾਰੇ ਮੈਨੂੰ ਦੇਖਦਾ ਵੀ ਕਰ ਰਹੇ ਨੇ ਤੇ ਕਾਲੀ ਪਾਰਟੀ ਤਾਂ ਸ਼ੁਰੂਆਤ ਤਾਂ ਕਾਂਗਰਸ ਨੇ ਕੀਤੀ ਜੀ ਜਿੱਥੇ ਆਪਾਂ ਖੜੇ ਆ ਅਕਾਲੀ ਸਰਕਾਰ ਵੇਲੇ 5 ਲੱਖ ਰੁਪਇਆ ਲਾ ਕੇ ਸੀ ਆ ਧਰਮਸ਼ਾਲਾ ਬਣਾਈ ਉਸ ਤੋਂ ਬਾਅਦ ਕਾਂਗਰਸ ਨੇ ਇੱਕ ਇੱਟ ਵੀ ਨਹੀਂ ਲਾਈ 2007 ਦੇ ਵਿੱਚ ਆਉਂਦੇ ਆਉਂਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਸ਼ੇ ਦਾ ਕਾਰੋਬਾਰ ਹੋਣ ਲੱਗ ਗਿਆ ਸੀਗਾ ਉਸ ਤੋਂ ਬਾਅਦ ਕੀ ਕਰਿਆ ਕਾਂਗਰਸੀਆਂ ਨੇ ਸਿਰਫ ਅਕਾਲੀ ਦਲ ਤੇ ਪੜੇਥਨ ਲਾਉਣ ਲੱਗੇ ਪੜੇਥਨ ਲਾਉਣ ਲੱਗੇ ਪਰ ਉਦੋਂ ਪ੍ਰੈਸ਼ਰ ਹੀ ਇੰਨਾ ਆ ਗਿਆ ਸੀਗਾ ਕੋਈ ਜਥੇਬੰਦੀ ਕੁਛ ਕਹਿੰਦੀ ਸੀ ਕੋਈ ਕੁਛ ਕਹਿੰਦੀ ਸੀਗੀ ਬੇਅਦਬੀਆਂ ਦੇ ਵਿੱਚ ਅਕਾਲੀ ਸਰਕਾਰ ਦਾ ਕੋਈ ਲੈਣ ਦੇਣ ਨਹੀਂ ਸੀਗਾ ਆ ਸਰਕਾਰਾਂ ਨੇ ਬੇਬਜਾ ਇਹਨਾਂ ਨੂੰ ਬਦਨਾਮ ਕੀਤਾ ਤੁਹਾਨੂੰ ਲੱਗਦਾ ਹੈ ਕਿ ਸਾਲ ਦੇ ਵਿੱਚ 24000 ਰੁਪਏ ਦੇ ਨਾਲ ਇੱਕ ਘਰ ਚੱਲ ਸਕਦਾ ਹੈ ਨਹੀਂ ਉਹ ਤਾਂ ਨਹੀਂ ਹੋ ਸਕਦਾ ਨਹੀਂ ਉਹ ਤਾਂ ਨਹੀਂ ਹੋ ਸਕਦਾ ਜੀ ਸਾਲ ਜੀ 2000 ਨਾਲ ਚਾਰ ਬੱਚੇ ਨੇ ਵੀ ਉਹ ਆਪਦੇ ਬੱਚੇ ਨੂੰ ਪੜਾ ਲਿਖਾ ਲੂ ਕੀ ਉਹ ਜਿਹਦਾ ਕਿਸੇ ਦਾ ਕਰਜ਼ਾ ਦੇਣਾ ਉਹਦੇ 24000 ਚੋਂ ਦੇ ਦੂ ਕੀ ਸਰਕਾਰ ਇਹ ਗਰੰਟੀ ਦਿੰਦੀ ਆ ਵੀ ਉਸ ਬੱਚੇ ਨੂੰ ਪੜਾ ਕੇ ਮੈਂ ਨੌਕਰੀ ਦੇਵੂੰਗਾ ਹੀ ਤੇ ਮੈਂ ਨੌਕਰੀ ਦੇਵੂੰਗਾ ਹੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰਿਆਂ ਨੇ ਹੀ ਝੂਠੇ ਲਾਰੇ ਲਾ ਕੇ ਰੱਖੇ ਖਾਸ ਕਰਕੇ ਗਰੀਬ ਪਰਿਵਾਰਾਂ ਨਾਲ ਅੱਜ ਸਾਡੇ ਗਰੀਬ ਲੋਕਾਂ ਦਾ ਇਹ ਹਾਲ ਕਰ ਰੱਖਿਆ ਸਾਰੀਆਂ ਪਾਰਟੀਆਂ ਨੇ ਕਿ ਇੱਕ ਮੁਹੱਲੇ ਦੀ ਵੋਟ ਨੂੰ 26 ਥਾਂ ਵੰਡ ਦਿੱਤਾ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਸਾਰੀਆਂ ਹੀ ਰਾਜਨੀਤਿਕ ਧਿਰਾਂ ਵੱਲੋਂ ਕਮਰ ਕੱਸ ਲਈ ਗਈ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਚੋਣਾਂ ਦੇ ਵਿੱਚ ਲੋਕਾਂ ਦੀ ਵੋਟ ਹਾਸਲ ਕੀਤੀ ਜਾਵੇ ਲੋਕਾਂ ਦੇ ਉੱਤੇ ਵਿਸ਼ਵਾਸ ਕਾਇਮ ਕੀਤਾ ਜਾਵੇ ਸੋ ਵਿਜ਼ਨ ਪੰਜਾਬ ਦੀ ਟੀਮ ਪਿੰਡਾਂ ਦੇ ਵਿੱਚ ਵਿਚਰ ਰਹੀ ਹੈ ਵਿਜ਼ਨ ਪੰਚਾਇਤ ਕੀਤੀ ਜਾ ਰਹੀ ਹੈ ਵਿਜ਼ਨ ਪੰਚਾਇਤ ਕਰਕੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਪਿੰਡਾਂ ਦੇ ਵਿੱਚ ਵਿਕਾਸ ਹੋ ਰਹੇ ਨੇ ਜਾਂ ਫਿਰ ਨਹੀਂ ਹੋ ਰਹੇ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਨੇ ਸੋ ਅੱਜ ਦੀ ਇਹ ਵਿਜ਼ਨ ਪੰਚਾਇਤ ਲੱਗੀ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਹੰਡਾਇਆ ਵਿਖੇ ਸੋ ਆ ਪਿੰਡ ਦੇ ਲੋਕ ਖੜੇ ਨੇ ਸਾਡੇ ਨਾਲ ਤੇ ਕੁਝ ਇੱਕ ਰਾਜਨੀਤਿਕ ਪਾਰਟੀਆਂ ਦੇ ਸਮਰਥਕ ਵੀ ਨੇ ਸੋ ਗੱਲਬਾਤ ਕਰਦੇ ਆ ਬਾਈ ਜੀ ਹੋਰਾਂ ਨਾਲ ਪਹਿਲਾਂ ਬਾਈ ਨਾਂ ਕੀ ਆਪਣਾ ਤੇਰਾ ਨਾਮ ਨਾਜ਼ਮ ਸਿੰਘ ਸਾਹਿਬ ਦਾ ਐਮਸੀ ਨਗਰ ਪੰਚਾਇਤ ਹੰਡਾਇਆ ਸੋ ਗੱਲ ਤੁਸੀਂ ਸੁਣੀ ਹੋਣੀ ਹੈ ਜਦੋਂ ਮੈਂ ਹੁਣੀ ਇੰਟਰੋਡਕਸ਼ਨ ਕੀਤੀ ਆ ਕਿ ਅਸੀਂ ਪਿੰਡਾਂ ਦੇ ਵਿਕਾਸ ਦੀ ਗੱਲ ਕਰਦੇ ਆ ਪਿੰਡਾਂ ਦੇ ਵਿੱਚ ਜਾ ਕੇ ਕੋਸ਼ਿਸ਼ ਕੀਤੀ ਜਾ ਰਹੀ ਆ ਸਾਰਿਆਂ ਨਾਲ ਗੱਲ ਕਰਕੇ ਕਿ ਸੱਚਮੁੱਚ ਪਿੰਡਾਂ ਦੇ ਵਿੱਚ ਵਿਕਾਸ ਹੋ ਰਹੇ ਨੇ ਸਿਰਫ ਕਿ ਗੱਲਾਂ ਚੱਲ ਰਹੀਆਂ ਨੇ ਵੀਰ ਜੀ ਜਿੱਥੇ ਤੱਕ ਵਿਕਾਸ ਦੀਆਂ ਗੱਲਾਂ ਹੋ ਰਹੀਆਂ ਨੇ ਪਿਛਲੀ ਟਰਮ ਦੇ ਵਿੱਚ ਪਹਿਲਾਂ ਕਾਂਗਰਸ ਸਰਕਾਰ ਵਾਅਦੇ ਲੈ ਕੇ ਆਈ ਸੀ ਗੁਰੂਗਰਾਹ ਸਾਹਿਦਿਆਂ ਗੁੱਟਕੇ ਦੀਆਂ ਝੂਠੀਆਂ ਸੌਹਾਂ ਘਾ ਕੇ ਸਰਕਾਰ ਬਣਾਈ ਉਸ ਤੋਂ ਬਾਅਦ 2-3 ਮਹੀਨੇ ਚੰਨੀ ਸਾਹ ਰਹਿ ਗਏ ਉਹ ਵੀ ਆਪਣਾ ਨਾਂ ਦੇ ਹੀ ਵਿਕਾਸ ਕਰਕੇ ਗਏ ਨੇਗੇ ਜਿੱਥੇ ਤੱਕ ਵਿਕਾਸ ਦੀ ਗੱਲ ਹੋਈ ਹੈਗੀ ਇਹਨਾਂ ਨੇ ਆਖਿਆ ਸੀਗਾ ਵੀ ਅਸੀਂ ਪਿੰਡਾਂ ਦੀ ਨਹਿਾਰਾ ਬਦਲਾਂਗੇ ਜਾਂ ਸ਼ਹਿਰਾਂ ਦੀ ਨਹਿਾਰਾ ਬਦਲਾਂਗੇ ਉਹ ਇੱਕ ਨਾ ਹੀ ਰਹਿ ਗਏ ਨਸੇ ਚਾਰ ਹਫ਼ਤਿਆਂ ਚ ਨਸੇ ਦੀ ਕਲ ਖਤਮ ਕਰਨ ਦੀ ਕੀਤੀ ਸੀ ਉਸ ਤੋਂ ਵੱਧ ਗਏ ਉਸ ਤੋਂ ਬਾਅਦ ਵਿਕਾਸ ਕਾਰਜ ਜੇ ਲੜੀ ਤ ਤ ਕੰਮ ਕਰਵਾਏ ਜਾਂ ਇਹਨਾਂ ਨੇ ਤਾਂ ਟਾਕੀ ਹੀ ਧਰੀਆਂ ਨੇ ਹਾਲ ਤੱਕ ਕੋਈ ਵਿਕਾਸ ਨਹੀਂ ਕਰਾਇਆ ਬਨਾਸੀ ਕਰਾਏਗਾ ਕਾਂਗਰਸ ਦੀ ਸਰਕਾਰ ਨੇ ਜਿਵੇਂ ਪਿਛਲੀਆਂ ਸਰਕਾਰਾਂ ਸੀ ਸਾਡੇ ਜ਼ਿਆਦਾ ਸ਼੍ਰੋਮ ਨੇ ਕਾਲੀ ਦਲ ਦੀ ਸਰਕਾਰ ਰਹੀ ਹੈਗੀ ਸਾਨੂੰ ਖੁੱਲੇ ਗੱਫੇ ਆਉਂਦੇ ਰਹੇ ਨੇ ਕਦੇ 6 ਕਰੋੜ 19 ਲੱਖ ਦਾ ਚੈੱਕ ਆ ਗਿਆ ਕਦੇ 2 ਕਰੋੜ ਦਾ ਆ ਗਿਆ ਜਿਹਦੇ ਜਿੰਦੋਂ ਵੀ ਸ਼੍ਰੋਮ ਨੇ ਕਾਲੀ ਦਲ ਦੀ ਸਰਕਾਰ ਰਹੀ ਆ ਉਹਦੇ ਵਿੱਚ ਜਿੰਨਾ ਵੀ ਵਿਕਾਸ ਹੋਇਆ ਉਹਨੂੰ ਚਾਹੇ ਆਪਣੇ ਵਿਅਸਾਤ ਦੀ ਸਗਣ ਸਕੀਮਾ ਦੇ ਲਾ ਲਓ ਪਰਸਨਾ ਦਾ ਲਾ ਲਓ ਬੁਢਾਪਾ ਪਰਸਨਾ ਦਾ ਲਾ ਲਓ ਜੋ ਵੀ ਵਿਕਾਸਾਂ ਦੇ ਫੰਡਿਆਂ ਦੇ ਕੰਮ ਦੇ ذریعے ਕਰਕੇ ਦੇਖ ਲੋ ਤੁਹਾਨੂੰ ਮੂੰਹ ਮੋਲਦੇ ਆ ਤਸਵੀਰਾਂ ਅਸੀਂ ਦਿਖਾ ਦਾਂਗੇ ਜੋ ਅਕਾਲੀ ਸਰਕਾਰ ਵੇਲੇ ਸਮੇ ਹੋਇਆ ਤੇ ਜੋ ਹੁਣ ਕਾਂਗਰਸ ਦੀ ਸਰਕਾਰ ਦੇ ਸਮੇ ਬਿਲਕੁਲ ਅਸੀਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਸੱਚਮੁੱਚ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਜਾਂ ਫਿਰ ਗਲਤ ਬਾਈ ਜੀ ਨਾ ਕੀ ਆਪਣਾ ਜਗਦੇਵ ਸਿੰਘ ਜੋ ਬਾਈ ਜੀ ਉਹਨਾਂ ਨੇ ਆਖਿਆ ਹੈ ਕਿ ਅਕਾਲੀ ਸਰਕਾਰ ਵੇਲੇ ਪਿੰਡ ਚ ਕੰਮ ਹੋਏ ਨੇ ਸੱਚ ਕਹਿ ਰਹੇ ਨੇ ਠੀਕ ਕਹਿ ਰਹੇ ਨੇ ਜਾਂ ਫਿਰ ਗਲਤ ਕਹਿ ਰਹੇ ਨੇ ਅਸੀਂ ਵੀਰ ਜੀ ਅਕਾਲੀ ਸਰਕਾਰ ਨਾ ਅਸੀਂ ਤਾਂ ਅਕਾਲੀ ਸਰਕਾਰ ਨੂੰ ਹੀ ਕਹਾਂਗੇ ਅਕਾਲੀ ਸਰਕਾਰ ਨੇ ਕੰਮ ਕਰੇ ਨੇ ਕਾਂਗਰਸ ਨੂੰ ਅਸੀਂ ਕਦੋਂ ਕਹਾਂਗੇ ਅੱਜ ਅਸੀਂ ਅਕਾਲੀ ਸਰਕਾਰ ਨਾਲ ਖੜੇ ਆ ਅਕਾਲੀ ਕੰਮ ਕਰਨਗੇ ਸਾਡੇ ਘਰੇ ਵੀ ਨੇ ਬਸ ਬਸ ਇਹ ਨਾ ਕਹ ਪਰ ਵਿਰੋਧੀ ਹੈ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਨਸ਼ਾ ਹੈ ਅਕਾਲੀਆਂ ਵੇਲੇ ਵਧਿਆ ਕਾਂਗਰਸ ਸੱਤਾ ਦੇ ਵਿੱਚ ਆਈ ਇੱਕ ਗੱਲ ਲੈ ਕੇ ਇੱਕ ਵਾਅਦਾ ਲੈ ਕੇ ਕਿ ਨਸ਼ੇ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਦਿੱਤਾ ਜਾਵੇਗਾ ਨਸ਼ਿਆਂ ਦਾ ਸੋ ਵਿਰੋਧੀ ਇਹ ਵੀ ਕਹਿੰਦੇ ਨੇ ਕਿ ਅਕਾਲੀਆਂ ਵੇਲੇ ਨਸ਼ਾ ਜਿਹੜਾ ਉਹ ਜ਼ਿਆਦਾ ਵਿਕਿਆ ਜਾਂ ਫਿਰ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਨੂੰ ਜ਼ਿਆਦਾ ਸਪੋਰਟ ਦਿੱਤੀ ਗਈ ਹੈ ਬਿਲਕੁਲ ਅੱਜ ਕੜਾ ਉਹ ਨਸ਼ੇ ਦੇ ਸੌਦਾਗਰ ਖਤਮ ਹੋ ਗਏ ਜੀ ਅੱਜ ਵੀ ਇਸੇ ਤਰ੍ਹਾਂ ਬਰਕਰਾਰ ਨੇ ਜੇ ਤਾਂ ਵਿਰੋਧੀ ਤਰ੍ਹਾਂ ਦੇ ਕਹਿਣ ਤੇ ਉਹ ਫਿਰ ਫੜ ਕੇ ਅੰਦਰ ਦਿੱਤੇ ਹੁੰਦੇ ਅੱਜ ਕਿਉਂ ਉਹਨਾਂ ਦੀਆਂ ਬਾਗੜੂ ਰੱਟਲੀਆਂ ਸਾਢੇ-ਸਾਡੀਆਂ ਨੇ ਚਾਰ ਨਫਸਾ ਦੇ ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਖਤਮ ਕਰਦੀ ਉਹ ਕਿੱਧਰ ਗਿਆ ਡਰੱਗ ਮਾਫੀਆ ਬਿਕਰਮ ਵੀ ਇੱਥੇ ਆ ਤੇ ਹੁਣ ਕਿੰਨੇ ਉਹ ਆਪਣਾ ਵਿਕਰਮ ਮਜੀਠੀਆ ਦੇ ਖਿਲਾਫ ਅਮੀਰ ਝੂਠੇ ਦੋਸ਼ ਲਾ ਕੇ ਉਹਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਕੀਤੀ ਸਾਨੂੰ ਮਾਨਯੋਗ ਅਦਾਲਤ ਨੇ ਵਿਸ਼ਵਾਸ ਦਿਵਾਇਆ ਸਾਨੂੰ ਮਾਨਯੋਗ ਅਦਾਲਤ ਤੇ ਭਰੋਸਾ ਸੀ ਵਿਕਰਮ ਮਜੀਠੀਆ ਜੀ ਅਜਵਾਰ ਨੇ ਅਜ ਇਲੈਕਸ਼ਨ ਵੀ ਲੜਨਗੇ ਉਹਨਾਂ ਦੀ ਜਿੱਤ ਹੋਈ ਆ ਸਾਡੀ ਸ਼ਰਮਣੀ ਕਾਲਾ ਨਾ ਬਾਈ ਜੀ ਤੁਹਾਡੇ ਕੋਲ ਆਣਾ ਬਾਈ ਜੀ ਤੁਹਾਡਾ ਕੀ ਨਾ ਤੁਸੀਂ ਕਹਿ ਰਹੇ ਕੁਝ ਗੱਲ ਕਰਨਾ ਚਾਹੁੰਦੇ ਹੋ ਨਾ ਦੱਸੋ ਗੁਰਦੀਪ ਸਿੰਘ ਆ ਜੀ ਮੌਜੂਦਾ ਐਮ ਸੀ ਮੈਂ ਹੰਡੇ ਤੋਂ ਜਿਹੜੀ ਨਸ਼ਿਆਂ ਦੀ ਗੱਲ ਕਰਦੇ ਨੇ ਪਿਛਲੀ ਸਰਕਾਰਾਂ ਦੇ ਸਮੇਂ ਨਸ਼ਾ ਸੀ ਅੱਜ ਉਹ ਦੂਧ 10 ਗੁਣਾ ਜ਼ਿਆਦਾ ਨਸ਼ਾ ਸਰੇ ਆਮ ਚਿੱਟਾ ਵੇਖਦਾ ਸਰੇ ਆਮ ਮੁੰਡੇ ਨਾੜਾਂ ਬਿੰਨੀ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਕਿਸੇ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਚ ਸਰੇ ਆਮ ਚਿੱਟਾ ਜਿੱਥੇ ਮਰਜ਼ੀ ਲੈ ਲਓ ਹੰਡੇ ਦੇ ਵਿੱਚੋਂ ਕਾਰਨ ਕੀ ਲੱਗਦਾ ਇਸ ਦੇ ਪਿੱਛੇ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਪੰਜਾਬ ਸਰਕਾਰ ਨੂੰ ਮੰਨਦੇ ਕਾਂਗਰਸ ਸਰਕਾਰ ਨੂੰ ਮੰਨਦੇ ਜਿਸ ਦਾ ਭਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਾ ਕੀ ਆਪਣਾ ਜਸਵੀਰ ਸਿੰਘ ਜੀ ਹਾਂਜੀ ਵੇ ਬਿਲਕੁਲ ਸਹੀ ਗੱਲ ਕਹਿ ਰਹੇ ਨੇ ਜੀ ਨਸ਼ੀ ਦੀ ਗੱਲ ਆ ਕਾਲੀ ਸਰਕਾਰ ਕੋਈ ਕਹੇ ਲੋਕੇ ਪੱਕੇ ਮੂੰਹ ਨਹੀਂ ਫੜਿਆ ਜਾਂਦਾ ਵੀ ਕਾਲੀ ਸਰਕਾਰ ਵੇਲੇ ਪਹਿਲਾਂ ਅਸੀਂ ਵੀ ਬਹਿ ਮੈਂ ਲਾਉਂਦਾ ਵੀ ਸੀ ਕਿ ਚਲੋ ਵਿਖਰੀ ਹੁਣ ਮੈਰਿਜ ਹੋ ਗਈ ਸਦਰਗੇ ਮੇਰੇ ਨਾਲ ਦੇ ਮੁੰਡੇ ਹਜੇ ਵੀ ਨਹੀਂ ਪਰ ਉਹ ਟਾਈਮਾਂ ਚ ਨਸ਼ਾ ਘੱਟ ਸੀਗਾ ਹੁਣ ਸਾਡੇ ਹੰੜੇ ਅਜੇ ਤੱਕ ਨਾਂ ਵੀ ਨਹੀਂ ਸੁਣੇ ਵੀ ਕਹੀ ਜੀ ਚੀਜ਼ ਹੈਗੀ ਹੈਗੀ ਤੁਹਾਡੇ ਕਹਿਣ ਦਾ ਮਤਲਬ ਅਕਾਲੀ ਸਰਕਾਰ ਵੇਲੇ ਨਸ਼ਾ ਘੱਟ ਸੀ ਸਾਡੇ ਹੰਡਾ ਵਿੱਚ ਕੋਈ ਚਿੱਟੇ ਦਾ ਨਾਮ ਨਿਸ਼ਾਨੀ ਸੀ ਤੁਸੀਂ ਖੁਦ ਕਰਦੇ ਸੀ ਤੁਸੀਂ ਆਪ ਕਬੂਲੇ ਆ ਜੀ ਮੈਂ ਮੈਰਿਜ ਹੋਗੀ ਮੈਜੈਕਸ਼ਨ ਲਾਉਂਦਾ ਸੀ ਜੀ ਮੈਰਿਜ ਹੋਗੀ ਮੈਂ ਪਰ ਹੁਣ ਸੱਟ ਚੁੱਕਿਆ ਕੋਈ ਵਿਆਹ ਤੋਂ ਬਾਅਦ ਬੰਦਲ ਬੋਕਸ ਕਰਨਾ ਪੈਂਦਾ ਪਰ ਹੁਣ ਜੇ ਮੈਂ ਅੱਖੀਂ ਦੇਖਦਾਗਾ ਮੰਨ ਲਓ ਜਿੱਦਾਂ ਕਿ ਏਡੇ ਏਡੇ ਬੱਚੇ ਸਾਰੇ ਮੈਨੂੰ ਦੇਖਦਾ ਵੀ ਕਰ ਰਹੇ ਨੇ ਮੈਂ ਬਰੇਹਰਾਂ ਨੂੰ ਕਹਿਣਾ ਵੀ ਮੈਂ ਕਰਕੇ ਤੇ ਸਾਡੇ ਹੰਡਾ ਵਿੱਚ ਸ਼ਰੇਆਮ ਬਿਕਦਾਗਾ ਕਾਲੀ ਸਰਕਾਰ ਵੀ ਰਹੀ ਉਹ ਮੇਰਾ ਦੋਸਤ ਘਰਾਂ ਪਿੱਛੇ ਉਹ ਆਪਣੇ ਕਾਂਗਰਸ ਵੇਲੇ ਫਾਰਮ ਭਰੇ ਸੀ ਸਰਕਾਰ ਪਰ ਜਰੂਆਈ ਸੀ ਉਦੋਂ ਉਹਨਾਂ ਦੇ ਫਾਰਮ ਪਰ ਇੱਕ ਕੱਚੇ ਘਰਾਂ ਦੇ ਸਰਕਾਰ ਦਾ ਜਾਣ ਇੰਨਾ ਮੇਰੇ ਗੋਡੇ-ਗੋਡੇ ਜਿੰਨਾ ਘਰ ਡੂੰਗਾ ਗਾ ਪਾਣੀ ਵੜ ਜਾਂਦਾ ਰੀ ਮੰਮੀ ਬਿੱਡਾ ਦਰਾ ਕੇ ਰੋਟੀ ਲਾਉਂਦੀ ਆ ਸਾਨੂੰ ਇਹ ਸਰਕਾਰ ਨੇ ਕੀ ਦਿੱਤਾ ਠੀਕ ਹੈ ਇਹਨੂੰ ਗੱਲ ਤੋਂ ਮੰਗਦੇ ਤੁਹਾਡਾ ਨਾਂ ਕੀ ਹੈ ਜੀ ਤਕੂ ਸਿੰਘ ਸਾਹਿਬ ਕਾ ਐਮਸੀ ਜੀ ਕਹਿਣਾ ਚਾਹੁੰਦੇ ਹੁਣ ਕੁਝ ਨੌਜਵਾਨ ਨੇ આરોਪ ਲਾਏ ਨੇ ਹਾਂਜੀ ਮੈਨੂੰ 35 ਸਾਲ ਹੋ ਗਏ ਜੀ ਪਹਿਲਾਂ ਮੈਂ ਸਾਹਿਬ ਕਾ ਹੋਂ ਦਾ ਐਮਸੀ ਆ ਪਹਿਲਾਂ ਮੈਂ ਮੌਜੂਦਾ ਐਮਸੀ ਦੀ ਠੀਕ ਹੈ ਜੀ ਉਦੋਂ ਬਾਅਦ ਜੀ ਅਸੀਂ ਠੇਕਾ ਲੈ ਲਈ ਚੁੰਗੀ ਦਾ ਠੀਕ ਹੈ ਰਾਤ ਨੂੰ 1 ਵਜੇ ਇਧਰੋਂ ਮਾਨਸਾ ਸਾਈਡ ਤੋਂ ਚਾਰ ਮੋਟਰਸਾਈਕਲ ਆਈ ਉਦੇ ਵਿੱਚ ਭੁੱਕੀ ਉਹਦੇ ਵਿੱਚ ਫੀਮ ਉਹਦੇ ਵਿੱਚ ਦੁੱਧ ਜੀ ਤੇ ਕਾਲੀ ਪਾਰਟੀ ਦਾ ਸ਼ੁਰੂਆਤ ਤਾਂ ਕਾਂਗਰਸ ਨੇ ਕੀਤੀ ਹੈ ਜੀ ਇਹ ਮਤਲਬ 35 ਸਾਲ ਅਜੇ ਤੋਂ ਪਹਿਲਾਂ ਸਰਕਾਰ ਕਾਂਗਰਸ ਦੀ ਜੀ ਇੱਥੇ ਜੀ ਮਤਲਬ ਉਸ ਟਾਈਮ ਮੌਜੂਦਾ ਕਾਂਗਰਸ ਦੀ ਮੌਜੂਦਾ ਕਾਂਗਰਸ ਮੈਂ ਤਾਂ ਉਹਨਾਂ ਨੂੰ ਅਖਮਾ ਪਰਚੀ ਘਟਾ ਲਓ ਜਾਂ ਰਾਤ ਨੂੰ 2 ਵਜੇ ਆਏ ਜੀ ਮਾਨਸਾ ਸਾਈਡ ਤੋਂ ਮੈਂ ਗੱਡੀ ਲਈ ਖੜਾ ਤੀ ਉੱਥੇ ਤੇ ਜਦੋਂ ਗੱਡੀ ਲਈ ਖੜਾ ਤੀ ਜੀ ਜਦੋਂ ਉਹ ਭੱਜ ਲਈ ਜੀ ਮੈਂ ਬੰਗਲੇ ਕੋਲੇ ਘੇਰ ਲਈ ਤੁਹਾਡੇ ਕਹਣ ਦਾ ਮਤਲਬ ਨਸ਼ਾ ਕਾਂਗਰਸ ਨੇ ਸ਼ੁਰੂਆਤ ਕੀਤੀ ਬਾਈ ਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਬਾਈ ਜੀ ਕਹਿ ਰਹੇ ਨੇ ਕੀ ਜਿਹੜਾ ਨਸ਼ਾ ਕਾਂਗਰਸ ਲੈ ਕੇ ਆਈ ਹੈ ਪਹਿਲਾਂ ਅਹੁਦਾ ਦੱਸ ਦਿਓ ਹਾਂ ਥੈਂਕ ਯੂ ਮਨਪ੍ਰੀਤ ਸਿੰਘ ਐਕਸ 22 ਸੁਪਰੈਸੀਡੈਂਟ ਨਗਰ ਕੌਂਸਲ ਹੰਢਾਇਆ ਜਿਹੜੇ ਆਪਾਂ ਵਿਕਾਸ ਦੀ ਗੱਲ ਕਰਦੇ ਆ ਜਿੰਨਾ ਵਿਕਾਸ ਪਿਛਲੇ 10 ਸਾਲਾਂ ਚ ਅਕਾਲੀ ਸਰਕਾਰ ਵੇਲੇ ਹੋਇਆ ਉਹ ਨਾ ਹੋਈ ਨਹੀਂ ਸਕਦਾ ਕਾਂਗਰਸ ਦਾ ਹੈ ਜੇ ਵਿਕਾਸ ਦੀ ਗੱਲ ਕਰੀਏ ਕਾਂਗਰਸ ਦਾ ਵਿਕਾਸ ਤਾਂ ਜਾਂ ਇਹਨਾਂ ਦੇ ਐਮ.ਐਲ.ਆ ਦਾ ਹੋਇਆ ਜਾਂ ਪ੍ਰਧਾਨਾਂ ਦਾ ਹੋਇਆ ਜਾਂ ਐਮ.ਸੀ.ਆਂ ਦਾ ਹੋਇਆ ਇਹਨਾਂ ਨੇ ਕਰੋੜਾਂ ਰੁਪਇਆ ਬਣਾ ਲਿਆ ਸਾਡੀ ਅਕਾਲੀ ਸਰਕਾਰ ਵੇਲੇ ਹੰਢਿਆਏ ਗੁਰੂ ਘਰ ਦੇ ਮੂਹਰੇ ਦੇਖ ਲਓ ਸਬਜ਼ਾ ਮੰਡੀ ਬਣਾਈ ਜਿਹੜੀ ਕਿ ਬਹੁਤ ਵੱਡੀ ਗੱਲਬਾਤ ਆ ਖੇਤੀ ਵਿਗਿਆਨ ਕੇਂਦਰ ਲੈ ਕੇ ਆਏ ਯੂਨੀਵਰਸਿਟੀ ਸਾਡੇ ਵੀਰ ਚ ਬਣੀ ਹੋਈ ਆ 25 ਕਿੱਲੇਾਂ ਚ ਜਿੱਥੇ ਆਪਾਂ ਖੜੇ ਆ ਅਕਾਲੀ ਸਰਕਾਰ ਵੇਲੇ 5 ਲੱਖ ਰੁਪਇਆ ਲਾ ਕੇ ਸੀ ਆ ਧਰਮਸ਼ਾਲਾ ਬਣਾਈ ਉਸ ਤੋਂ ਬਾਅਦ ਕਾਂਗਰਸ ਨੇ ਇੱਕ ਇੱਟ ਵੀ ਨਹੀਂ ਲਾਈ ਬਾਈ ਜੀ ਜਿਹੜੀ ਵੱਡੀ ਮੈਂ ਮੈਂ ਤੁਹਾਡੇ ਉਹਤੇ ਵੀ ਆਉਂਗਾ ਕਿ ਜੋ ਤੁਸੀਂ ਵਿਕਾਸ ਕੀਤੇ ਨੇ ਗਿਣਵਾ ਰਹੇ ਹੋ ਪਰ ਬਾਈ ਜੀ ਦਾ આરોਪ ਹੈ ਜਿਹੜਾ ਕਿ ਜਿਹੜਾ ਨਸ਼ਾ ਕਾਂਗਰਸ ਨੇ ਸ਼ੁਰੂਆਤ ਕੀਤੀ ਉਸ ਦੀ ਉਸ ਨੂੰ ਕਿਸ ਤਰ੍ਹਾਂ ਵੇਖਦੇ ਅਸੀਂ ਇਸ ਗੱਲ ਨਾਲ ਜਮ੍ਹਾਂ ਸਹਿਮਤ ਆ ਜੀ ਜਦੋਂ 2002 ਦੇ ਵਿੱਚ ਕੈਪਟਨ ਦੀ ਸਰਕਾਰ ਆਈ ਆ ਉਦੋਂ ਨਸ਼ੇ ਦੀ ਸ਼ੁਰੂਆਤ ਹੋਈ ਆ 2007 ਦੇ ਵਿੱਚ ਆਉਂਦੇ ਆਉਂਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਸ਼ੇ ਦਾ ਕਾਰੋਬਾਰ ਹੋਣ ਲੱਗ ਗਿਆ ਸੀਗਾ ਉਦੋਂ ਬਾਅਦ ਕੀ ਕਰਿਆ ਕਾਂਗਰਸੀਆਂ ਨੇ ਸਿਰਫ ਅਕਾਲੀ ਦਲ ਤੇ ਪੜੇਥਨ ਲਾਉਣ ਲੱਗੇ ਵੀ ਇਹਨਾਂ ਤੋਂ ਆਇਆ ਜੀ ਇਹਨਾਂ ਨੇ ਸੌਫਾ ਖਾਲੀਆਂ ਝੂਠੀਆਂ ਝੂਠੀਆਂ ਸੌਫਾ ਖਾ ਕੇ ਫੇਰ ਸਰਕਾਰ ਬਣਾ ਲਈ ਠੀਕ ਆ ਇੱਕ ਅਕਾਲੀ ਸਰਕਾਰ ਨੂੰ ਬਦਨਾਮ ਹੀ ਕਰਿਆ ਹੁਣ 4.5 5 ਸਾਲ ਲੰਘ ਗਏ ਠੀਕ ਆ 5 ਸਾਲਾਂ ਦਾ ਟਾਈਮ ਬਹੁਤ ਹੁੰਦਾ ਆ ਪਹਿਲਾਂ ਤਾਂ 4 ਹਫਤਿਆਂ ਚ ਨਸ਼ਿਆਂ ਦਾ ਲੱਕ ਤੋੜਨ ਨੂੰ ਕਹਿੰਦੇ ਸੀ ਠੀਕ ਆ 5 ਸਾਲਾਂ ਚ ਨਹੀਂ ਟੁੱਟਿਆ ਇਹਨਾਂ ਤੋਂ ਭਾਈ ਜੀ ਇੱਕ ਸਵਾਲ ਮੇਰਾ ਇਹ ਵੀ ਹੈ ਕਿ ਅਜੇ ਤੱਕ ਬਰਗਾੜੀ ਆ ਜਿਹੜਾ ਹੋਇਆ ਸੀਗਾ ਕਾਂਡ ਉੱਥੇ ਬਰਗਾੜੀ ਗੋਲੀ ਕਾਂਡ ਬੇਅਦਬੀਆਂ ਜਿਹੜੀਆਂ ਵਾਪਰੀਆਂ ਨੇ ਉਹ ਅਕਾਲੀ ਸਰਕਾਰ ਵੇਲੇ ਹੋਈਆਂ ਸੀਗੀਆਂ ਮੰਨਦੇ ਹੋ ਇਸ ਗੱਲ ਨੂੰ ਸਰਕਾਰ ਵੇਲੇ ਹੋਈਆਂ ਸੀਗੀਆਂ ਪਰ ਸਰਕਾਰ ਨੇ ਨਹੀਂ ਸੀ ਕਰਾਈਆਂ ਨਹੀਂ ਨਹੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਐਮਸੀ ਤਾਂ ਰਹੇ ਹੋ ਐਮਸੀ ਦੇ ਪ੍ਰਧਾਨ ਰਹੇ ਹੋ ਤੁਸੀਂ ਆਖਿਆ ਸੋ ਜੋ ਕੁਝ ਤਾਂ ਐਮਸੀ ਦੇ ਅੰਡਰ ਕਮ ਹੋ ਰਹੇ ਨੇ ਕਾਰਗੁਜ਼ਾਰੀ ਹੋ ਰਹੀ ਆ ਜੇ ਕੁਝ ਗਲਤ ਹੁੰਦਾ ਥੋੜੇ ਤੇ ਉਂਗਲੀ ਚੱਕੀ ਜਾਊਗੀ ਜਾਂ ਫਿਰ ਨਹੀਂ ਚੱਕੀ ਜਾਊਗੀ ਬਿਲਕੁਲ ਚੱਕੀ ਜਾਊਗੀ ਸਰਕਾਰ ਦੀ ਵੀ ਕਿਤੇ ਨਾ ਕਿਤੇ ਗਲਤੀ ਹੋਊਗੀ ਤਾਂ ਹੀ ਸ਼ਾਇਦ ਅਜਿਹੇ ਹਾਲਾਤ ਬਣੇ ਨੇ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਿਹੜੀ ਕਾਲੀ ਸਰਕਾਰ ਵੇਲੇ ਬੇਅਦਬੀ ਹੋਈ ਆ ਜੀ ਬਹੁਤ ਮਾੜਾ ਹੋਇਆ ਕੋਈ ਸਰਕਾਰ ਨਹੀਂ ਚਾਹੁੰਦੀ ਹੁੰਦੀ ਵੀ ਮੇਰੇ ਰਾਜ ਦੇ ਵਿੱਚ ਇਹ ਜਿਆ ਕੰਮ ਹੋਵੇ ਸਾਡੀ ਸਰਕਾਰ ਦੀ ਥੋੜੀ ਜੀ ਅਸੀਂ ਢਿੱਲ ਮੰਨਦੇ ਆ ਵੀ ਜੇ ਥੋੜਾ ਜਿਆ ਤੇਜ਼ੀ ਨਾਲ ਕੰਮ ਕਰਦੀ ਤਾਂ ਦੋਸੀ ਛੇਤੀ ਫੜ ਲੈਂਦੀ ਪਰ ਉਦੋਂ ਪ੍ਰੈਸ਼ਰ ਹੀ ਇੰਨਾ ਆ ਗਿਆ ਸੀਗਾ ਕੋਈ ਜਥੇਬੰਦੀ ਕੁਛ ਕਹਿੰਦੀ ਸੀ ਕੋਈ ਕੁਛ ਕਹਿੰਦੀ ਸੀਗੀ ਦੂਜੀਆਂ ਸਰਕਾਰਾਂ ਨੇ ਇਸ ਨੂੰ ਬਹੁਤ ਵੱਡਾ ਮੁੱਦਾ ਬਣਾ ਲਿਆ ਸੀਗਾ ਬੇਅਦਬੀ ਦਾ ਜਿਹਦੇ ਨਾਲ ਕਿ ਅਕਾਲੀ ਦਲ ਨੂੰ ਠੇਸ ਪਹੁੰਚੀ ਆ ਪਰ ਹੁਣ ਸਾਰੇ ਸਾਡੇ ਪੰਜਾਬੀਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਬੇਅਦਬੀਆਂ ਦੇ ਵਿੱਚ ਅਕਾਲੀ ਸਰਕਾਰ ਦਾ ਕੋਈ ਲੈਣ ਦੇਣ ਨਹੀਂ ਸੀਗਾ ਆ ਸਰਕਾਰਾਂ ਨੇ ਬੇਬਜਾ ਇਹਨਾਂ ਨੂੰ ਬਦਨਾਮ ਕੀਤਾ ਹੁਣ ਸਾਰੇ ਲੋਕ ਮਤਲਬ ਕਿ ਸਮਝ ਚੁੱਕੇ ਆ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਠੋਕਮਾ ਜਵਾਬ ਦੇਣਗੇ ਅਸੀਂ ਇੱਕ ਛੋਟੇ ਚੈਨਲ ਰਾਹੀਂ ਹੋਰ ਸਨੇਹਾ ਦੇਣਾ ਚਾਹੁੰਦੇ ਹਾਂ ਹੁਣ ਸਾਡੇ ਇੱਥੇ ਹੰਢਾਏ ਕਾਂਗਰਸ ਦੀ ਨਗਰਪੰਚਾਇਤ ਜਿਹੜੀ ਕੀ ਹੈ ਜੀ ਐਕਰੋਸਮੈਂਟਾਂ ਕਰਾ ਰਹੀ ਹੈ ਜਿੱਥੇ ਕੋਈ ਰਸਤਾ 35 ਫੁੱਟ ਦਾਗਾ 25 ਫੁੱਟ ਬਣਾਈ ਜਾਂਦੇ ਆ ਵੀ 10 ਫੁੱਟ ਰੋਕ ਲੋ ਥਾਂ ਜਿਹੜਾ ਕੋਈ ਚਾਰ ਪੈਸੇ ਦੇ ਦਿੰਦਾ ਉਹਨਾਂ ਨੂੰ ਥਾਂ ਰਕਾਈ ਜਾਂਦੇ ਆ ਜਿਹੜੇ ਸਾਡੇ ਸੈਂਟਰ ਗਵਰਨਮੈਂਟ ਵੱਲੋਂ ਡੂਡ ਰੂਡ ਲੱਖ ਰੁਪਇਆ ਘਰਾਂ ਦਾ ਆਇਆ ਉਹਦੇ ਵਿੱਚ ਵੀ ਇਹਨਾਂ ਨੇ ਕੀ ਕਰਿਆ ਜੇ ਕਿਸੇ ਨੂੰ 50000 ਦਾ ਚੈੱਕ ਆ ਗਿਆ ਤਾਂ 20000 ਆਪ ਲੈ ਲਿਆ 30 ਅਗਲੇ ਨੂੰ 90000 ਚ ਕਿੱਥੋਂ ਘਰ ਪੈਜੂਗਾ ਜੀ ਇੱਕ ਘਰ ਮਾਗਰ 60-60000 ਰੁਪਇਆ ਖਾਈ ਗਏ ਆ ਜੇ ਤੁਸੀਂ ਹੁਣ ਜਾ ਕੇ ਦੇਖੋ ਕਈ ਕੰਮ 30-30 ਲੱਖ ਰੁਪਏ ਦੇ ਕਾਗਜ਼ਾਂ ਚ ਪਾਏ ਪਏ ਆ ਠੀਕ ਆ ਉੱਥੇ ਲੱਗਿਆ 5 ਲੱਖ ਵੀ ਨਹੀਂ ਇਹਨਾਂ ਨੂੰ ਦੇਖਦੇ ਹੋਏ ਐਂ ਲੱਗਦਾ ਵੀ ਕਾਂਗਰਸੀ ਪ੍ਰਧਾਨਾਂ ਦੇ ਐਮਸੀਆਂ ਦੇ ਆਪਦੇ ਘਰਾਂ ਦਾ ਵਿਕਾਸ ਹੋਇਆ ਨਾ ਕਿ ਪਿੰਡ ਦਾ ਤੇ ਹੁਣ ਅਸੀਂ ਇੱਕ ਗੱਲ ਹੋਰ ਕਰਨੀ ਚਾਹੁੰਦੇ ਆ ਇਹਨਾਂ ਨੇ ਮਜੀਠੀਆ ਸਾਹਿਬ ਤੇ ਪਰਚਾ ਦਿੱਤਾ ਠੀਕ ਆ ਜੀ ਤਨ ਡੀਜੀਪੀ ਬਦਲ ਤੇ ਠੀਕ ਆ ਇਹਨਾਂ ਨੂੰ ਐ ਸੀ ਵੀ ਅਕਾਲੀ ਸਰਕਾਰ ਨੂੰ ਫੇਰ ਬਦਨਾਮ ਕਰੀਏ ਪਰ ਸਾਡੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਮਾਨਯੋਗ ਹਾਈ ਕੋਰਟ ਤੇ ਪੂਰਨ ਵਿਸ਼ਵਾਸ ਸੀ ਠੀਕ ਆ ਜਿਹੜੀ ਮਜੀਠੀਆ ਸਾਹਿਬ ਤੇ ਧਾਰਾ ਲੱਗੀ ਆ ਉਸ ਦੀ ਕਿਸੇ ਵੀ ਕੀਮਤ ਜਮਾਨਤ ਹੋ ਹੀ ਨਹੀਂ ਸਕਦੀ ਪਰ ਜਦੋਂ ਮਾਨਯੋਗ ਜੱਜ ਸਾਹਿਬ ਨੇ ਸਾਰੀ ਐਫ ਆਈ ਆਰ ਸਾਰਾ ਕੁਝ ਪੜਿਆ ਉਹਦੇ ਵਿੱਚ ਹਈ ਕੁਝ ਨਹੀਂ ਸੀ ਠੀਕ ਆ ਹਾਈ ਕੋਰਟ ਨੇ ਨਾਲੇ ਤਾਂ ਫਟਕਾਰ ਲਈ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਜ਼ਮਾਨਤ ਦਿੱਤੀ ਜਿਹੜੀ ਕਾਂਗਰਸ ਸਰਕਾਰ ਆ ਸਿਰਫ ਤੇ ਸਿਰਫ ਬਦਲਾਖੋਰੀ ਦੀ ਨੀਤੀ ਨਾਲ ਚੱਲ ਰਹੀ ਆ ਭਾਈ ਜੀ ਇੱਕ ਗੱਲ ਇਹ ਵੀ ਆ ਨਾ ਸਪਸ਼ਟ ਤੌਰ ਦੇ ਉੱਤੇ ਕਿ ਅਜੇ ਬਾਇਜ਼ਤ ਬਰੀ ਨਹੀਂ ਹੋਏ ਹੈਗੇ ਜ਼ਮਾਨਤ ਤੋਂ ਬਾਹਰ ਨੇ ਇੱਕ ਗੱਲ ਇਹ ਵੀ ਤਾਂ ਨਿਕਲ ਕੇ ਆ ਰਹੀ ਆ ਸਾਹਮਣੇ ਜਿਹੜੇ ਜ਼ਮਾਨਤ ਤੇ ਬਾਹਰ ਆ ਜੀ ਜਾਂ ਸਭ ਨੇ ਕੁਝ ਦੇਖ ਕੇ ਹੀ ਜ਼ਮਾਨਤ ਦਿੱਤੀ ਆ ਜਿਹੜਾ ਵੀ ਕੋਈ ਪ੍ਰੋਸੈਸ ਆ ਉਹ ਬਰੀ ਵੀ ਹੋ ਜਾਣਗੇ ਜਦੋਂ ਐਡੇ ਕੇਸ ਦੇ ਵਿੱਚੋਂ ਅੱਜ ਤੱਕ ਕੋਈ ਜ਼ਮਾਨਤ ਹੀ ਨਹੀਂ ਹੋਈ ਉਹਨਾਂ ਦੀ ਜ਼ਮਾਨਤ ਹੋ ਗਈ ਜੱਜ ਸਾਹਿਬ ਨੇ ਵਿੱਚ ਕੁਝ ਦੇਖਿਆ ਹੀ ਹੈ ਨਾ ਜੀ 2008 ਦਾ ਕੇਸ ਆ 2022 ਦੇ ਵਿੱਚ ਤੁਸੀਂ ਇਹਨਾਂ ਨੂੰ ਇਨਵੋਲਵ ਕਰਦੇ ਹੋ ਠੀਕ ਹੈ ਨਾ ਜੀ ਮਜੀਠੀਆ ਸਾਹਿਬ ਦੋ ਚਾਰ ਤਰੀਕਿਆਂ ਦੇ ਵਿੱਚ ਮੰਨ ਲਓ ਕਿ ਬਰੀ ਹੋ ਕੇ ਬਾਹਰ ਹੋਣਗੇ ਸਾਨੂੰ ਪੂਰਨ ਯਕੀਨ ਆ ਕੀ ਕਹ ਰਹੇ ਨੇ ਕਿ ਜਿਹੜੇ ਆ ਵਿਕਰਮ ਸਿੰਘ ਮਜੀਠੀਆ ਝੂਠਾ ਜਿਹੜਾ ਪਰਚਾ ਦਰਜ ਕੀਤਾ ਗਿਆ ਇਸ ਗੱਲ ਤੋਂ ਸਹਿਮਤ ਹੋ ਤੁਸੀਂ ਜੀ ਇਹ ਪੜ੍ਹੇ ਲੇ ਕੇ ਨਹੀਂ ਜੀ ਸਹਿਮਤ ਆ ਝੂਠਾ ਕੇਸਾ ਹੂ ਸਾਰਾ ਆ ਗਿਆ ਭਾਈ ਉਹ ਲੋ ਬੜਾ ਆ ਪਹੁੰਚਾ ਬੰਦ ਜਿਹੜੀ ਝੂਠੇ ਵਾਲੀ ਗੱਲ ਆ ਜੀ ਉਹ ਕਾਂਗਰਸ ਦੇ ਪਾਰਟੀ ਪ੍ਰਧਾਨ ਨਵਜੇ ਸਿੰਘ ਸਿੱਧੂ ਆਮ ਸਟੇਜਾਂ ਤੋਂ ਕਹਿੰਦੇ ਰਹਿਆ ਅੰਦਰ ਦਮਾਗੇ ਠੋਕਾਂਗੇ ਉਹ ਤਾਂ ਪਰਚਾ ਦੇਣ ਤੋਂ 6 ਮਹੀਨੇ ਪਹਿਲਾਂ ਕਿ 5 ਸਾਲਾਂ ਦੀ ਕਹੀ ਗਏ ਆ ਹਰੇਕ ਸਟੇਜ ਤੋਂ ਚੰਨੀ ਗ੍ਰਹਿ ਮੰਤਰੀ ਸੁਖਵਿੰਦਰ ਸਿੰਘ ਸੁਖੀ ਰੰਧਾਵਾ ਵੀ ਅਸੀਂ ਪਰਚਾ ਦਮਾਗੇ ਪਰਚਾ ਦਮਾਗੇ ਪਰਚਾ ਵੀ ਕਿਵੇਂ ਦਿੱਤਾ 3 ਡੀਜੀਪੀ ਬਦਲ ਕੇ ਠੀਕ ਆ ਚੌਥੇ ਨਾਲ ਕਮਿਟਮੈਂਟ ਹੋਈ ਵੀ ਤੈਨੂੰ ਡੀਜੀਪੀ ਲਾਉਣੇ ਆ ਵੀ ਤੂੰ ਪਰਚਾ ਦੇ ਫੇਰ ਉਹਨੇ ਪਰਚਾ ਦਿੱਤਾ ਅੱਛਾ ਇੱਕ ਸਵਾਲ ਇਹ ਵੀ ਆ ਅੱਜ ਕੱਲ ਮਸ਼ਹੂਰੀ ਚੱਲ ਰਹੀ ਏ ਟੀਵੀ ਦੇ ਉੱਤੇ ਟੀਵੀ ਦੇਖਦੇ ਹੋਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਮਸ਼ਹੂਰੀ ਚੱਲਦੀ ਆ ਇੱਕ ਜਿਹੜੀ ਮਹਿਲਾ ਉਹ ਆ ਕੇ ਕਹਿੰਦੀ ਏ ਮੇਰਾ ਵੀਰ ਸੁਖਵੀਰ 24000 ਰੁਪਏ ਸਾਲ ਦਾ ਦੇਊਗਾ ਤੁਹਾਨੂੰ ਲੱਗਦਾ ਹੈ ਕਿ ਸਾਲ ਦੇ ਵਿੱਚ 24000 ਰੁਪਏ ਦੇ ਨਾਲ ਇੱਕ ਘਰ ਚੱਲ ਸਕਦਾ ਆਪਣੀ ਮਾਂ ਬੱਚਿਆਂ ਦੇ ਫੀਸ ਭਰ ਸਕਦੀ ਹੈ ਰੋਟੀ ਪਾਣੀ ਚੱਲ ਸਕਦਾ ਹੈ ਸਿਲੰਡਰ ਆ ਸਕਦਾ ਹੈ 24000 ਦੇ ਨਾਲ ਨਹੀਂ ਉਹ ਤਾਂ ਨਹੀਂ ਹੋ ਸਕਦਾ ਜੇ ਤੁਸੀਂ ਕਹੇ ਜਿਸ ਤਰ੍ਹਾਂ ਸੁਖਵੀਰ ਜੀ ਨੇ ਵਾਦੇ ਹੁਣ ਤੱਕ ਕੀਤੇ ਨੇ ਜੇ ਪਿਛਲੀ ਸਰਕਾਰ ਵੇਲੇ ਜੋ ਵਾਦਾ ਕੀਤਾ ਉਹ ਕਰਕੇ ਵਿਖਾਇਆ ਠੀਕ ਹੈ ਜੀ ਪਰ ਜੋ ਸਾਨੂੰ ਆਸ ਆ ਵੀ ਜੋ ਸੁਖਵੀਰ ਜੀ ਨੇ ਕਰ ਰਿਹਾਗਾ ਉਹ ਕਰਕੇ ਵਿਖਾਉਂਦੇ ਨੇ ਜੇ ਪਾਣੀ ਤੇ ਬੱਸਾਂ ਚਲਾਇਆ ਤਾਂ ਚਲਾ ਕੇ ਹੀ ਦਿਖਾਉਂਦੇ ਨੇ ਚਲੋ ਪਾਣੀ ਤੇ ਬੱਸਾਂ ਦੀ ਗੱਲ ਕਰਦੇ ਆ ਬਜ਼ੁਰਗੋ ਨਾ ਕੀ ਤੁਹਾਡਾ ਮੇਰਾ ਨਾਮ ਹੌਲਰ ਜਗੀਰ ਸਿੰਘ ਇੱਕ ਸਰਵਿਸਮੈਨ ਠੀਕ ਹੈ ਜੀ ਠੀਕ ਹੈ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਪਹਿਲੀ ਗੱਲ ਤਾਂ ਜੇ ਮੇਰੀ ਇਹ ਕਮਿਟਮੈਂਟਸ ਕੀਆਂ ਤਾਂ ਸਾਰਿਆਂ ਤੇ ਪੂਰੇ ਪੰਜਾਬ 'ਚ ਦਿਖਾਉਂਗੇ ਤਾਂ ਤਾਂ ਮੈਂ ਬੋਲ ਲੈਣਾ ਨਹੀਂ ਪੂਰੇ ਪੂਰੇ ਪੰਜਾਬ 'ਚ ਦੇਖ ਰਹੇ ਲੋਕ ਤੁਹਾਨੂੰ ਦੱਸੋ ਜੇ ਤੁਸੀਂ ਉਹ ਫਾਰਮੈਲਿਟੀ ਪੂਰੀ ਕਰਨੀ ਆ ਵੀ ਆ ਪਾਰਟੀ ਚੰਗੀ ਆ ਇੱਕੇ ਪਾਰਟੀ ਦੀ ਗੱਲ ਕਰਨੀ ਆ ਫੇਰ ਨਹੀਂ ਮੈਂ ਬੋਲ ਤੁਸੀਂ ਖੁੱਲ ਕੇ ਬੋਲੋ ਤੁਸੀਂ ਖੁੱਲ ਕੇ ਬੋਲੋ ਮੇਰੀ ਇਹ ਆ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਕਿ 24000 ਨਾਲ ਇੱਕ ਸਾਲ ਭਰ ਕੱਢੂਗਾ ਦੋ ਬੱਚੇ ਨੇ ਤਿੰਨ ਬੱਚੇ ਨੇ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹਣਾ ਜਿਹੜੀ ਨੇ ਸਰਕਾਰ ਨੇ ਪਿੱਛੇ ਬਣ ਚੁੱਕੀਆਂ ਜਾਂ ਜਿਹੜੀ ਮੂਹਰੇ ਬਣੂਗੀ ਉਹ ਇਹ ਗਾਰੰਟੀ ਦਿੰਦੀ ਆ ਵੀ 24000 ਨਾਲ ਅਸੀਂ ਜਿਹੜੇ ਗਰੀਬ ਪਰਿਵਾਰ ਨੇ ਜਾਂ ਕੋਈ ਗਰੀਬਾਂ ਦੇ ਵਿੱਚ ਕਿਸਾਨ ਵੀ ਆਉਂਦਾ ਹੈ ਦੁਕਾਨਦਾਰ ਵੀ ਆਉਂਦਾ ਹੈ ਉਹ ਦੁਕਾਨਦਾਰ ਜਾਂ ਕਿਸਾਨ ਚ 24000 ਨਾਲ ਉਹਦੇ ਚਾਰ ਬੱਚੇ ਨੇ ਵੀ ਉਹ ਆਪਦੇ ਬੱਚੇ ਨੂੰ ਪੜਾ ਲਿਖਾ ਲੂ ਕੀ ਉਹ ਜਿਹਦਾ ਕਿਸੇ ਦਾ ਕਰਜ਼ਾ ਦੇਣਾ ਉਹਦੇ 24000 ਚੋਂ ਦੇ ਦੂ ਜੇ ਸਰਕਾਰ ਗਰੰਟੀ ਦਿੰਦੀ ਹੈ ਵੀ 24000 ਨਾਲ ਅਸੀ ਤੇਰਾ ਕਰਜ਼ਾ ਵੀ ਲਾ ਦੇਾਂਗੇ ਤੇ ਤੇਰੇ ਬੱਚਾ ਨੂੰ ਵੀ ਪੜਾ ਦੇਾਂਗੇ ਜੇ ਸਰਕਾਰ ਨੇ ਬੱਚਾ ਪੜਾ ਦਿੱਤਾ ਕੀ ਸਰਕਾਰ ਇਹ ਗਰੰਟੀ ਦਿੰਦੀ ਆ ਵੀ ਵੋ ਉਸ ਬੱਚੇ ਨੂੰ ਪੜਾ ਕੇ ਮੈਂ ਨੌਕਰੀ ਦੇਵਾਂਗੀ ਦੂਸਰੀ ਗੱਲ ਜੇ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਮੁੱਦਾ ਹੈਗਾ ਵੀ ਜਿੰਨੀਆਂ ਸਰਕਾਰਾਂ ਨੇ ਸਾਨੂੰ ਆ ਝੂਠੇ ਲਾਰੇ ਚਾਹੇ ਉਹ ਕਿਸੇ ਵੀ ਕਪਾਲਟੀ ਦੀ ਸੀਗੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰਿਆਂ ਨੇ ਹੀ ਝੂਠੇ ਲਾਰੇ ਲਾ ਕੇ ਰੱਖੇ ਖਾਸ ਕਰਕੇ ਗਰੀਬ ਪਰਿਵਾਰਾਂ ਨਾਲ ਭਈ ਜੇ ਗਰੀਬ ਪਰਿਵਾਰਾਂ ਦੀਆਂ ਵੋਟਾਂ ਧੱਕੀ ਉਹਨਾਂ ਨੂੰ ਮਸਲਾ ਹੈ ਤਾਂ ਉਹ ਸਾਡੇਆਂ ਜਿਹੜੇ ਵੋਟਾਂ ਦੀ ਪਰਸੈਂਟੇਜ ਜਿਹੜੀ ਪਾਰਟੀ ਨੇ ਦੇਖਣੀ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਸ ਪਾਰਟੀ ਨੇ ਜਿੰਨੇ ਲੋਕਾਂ ਤੋਂ ਵੋਟ ਦਾ ਹਿਸਾਬ ਕਿਤਾਬ ਲੈਣਾ ਸਾਨੂੰ ਦੇਣਾ ਜਿਹੜਾ ਕੁਝ ਨਾ ਦੇਣਾ ਉਹ ਪਾਰਟੀ ਤੇ ਆ ਪਰ ਜਿਸ ਤਰ੍ਹਾਂ ਅੱਜ ਤੋਂ 25 30 ਸਾਲ ਪਹਿਲਾਂ ਗਰੀਬ ਸਮਾਜ ਦੇ ਜਿੰਨੇ ਗਲੀ ਮੁਹੱਲੇ ਸੀ ਉਸ ਸਮਾਜ ਦੀ ਉਸੇ ਤਰ੍ਹਾਂ ਬਣ ਕੇ ਰਹੇ ਜੇ ਜੜੀ ਪਾਰਟੀ ਨੂੰ ਚਾਹੇ ਪਦਾ ਪਾਰਟੀਆਂ ਜਾਣ ਚਾਹੇ ਦੋ ਪਾਰਟੀਆਂ ਹੁਣ ਉਸ ਪਾਰਟੀ ਦੇ ਉਹਨਾਂ ਲੋਕਾਂ ਦੀ ਪਰਸੈਂਟੇਜ ਦਾ ਪਤਾ ਲੱਗੇ ਕਿ ਵੀ ਸਾਡੇ ਗਲੀ ਮੁਹੱਲੇ ਦੇ ਵਿੱਚ ਮਰਬੀ ਸੀ ਰਮਦਾਸੀ ਸੀ ਸੰਸੀਟੇ ਸੀ ਵੀ ਉਹਨਾਂ ਨੇ ਸਾਡੇ ਨਾਲ ਕਿੰਨੀ ਹਮਦਰਦੀ ਰੱਖੀ ਕਿਹੜੀ ਪਾਰਟੀ ਨੇ ਰੱਖੀ ਅੱਜ ਸਾਡੇ ਗਰੀਬ ਲੋਕਾਂ ਦਾ ਇਹ ਹਾਲ ਕਰ ਰੱਖਿਆ ਸਾਰੀਆਂ ਪਾਰਟੀਆਂ ਨੇ ਕਿ ਇੱਕ ਮੁਹੱਲੇ ਦੀ ਵੋਟ ਨੂੰ 26 ਥਾਂ ਵੰਡ ਦਿੱਤਾ ਇਹ ਇਸ ਤਰ੍ਹਾਂ ਸਾਰਾ ਹੀ ਸਾਰੀਆਂ ਹੀ ਪਾਰਟੀਆਂ ਦਾ ਰਵਈਆ ਗਲਤ ਹੈ ਤਾਂ ਕਿ ਅਸੀਂ ਇਹ ਮੰਗ ਚਾਹੁੰਦੇ ਆ ਜਿਹੜੀ ਆਉਣ ਵਾਲੀ ਸਰਕਾਰ ਹੈ ਜਾਂ ਜਿੰਨੀਆਂ ਵਾਅਦੇ ਚੁੱਕੀਆਂ ਨੇ ਕੇ ਵੀ ਇੱਕ ਤਾਂ ਸਾਡੀ ਬਾਲਡ ਬੰਦੀ ਜਿਹੜੀ ਆ ਮਹੱਲੇ ਵਾਈਜ਼ ਉਹ ਹੋਣੀ ਚਾਹੀਦੀ ਹੈ ਦੂਸਰੀ ਸਾਡੇ ਬੱਚਾ ਨੂੰ ਪੜਾ ਲਿਖਾ ਕੇ ਉਹ ਸਾਡੀ ਗਰੰਟੀ ਦੇਵੇ ਸਰਕਾਰ ਅਸੀਂ ਤਾਂ ਹੀ ਕਿਸੇ ਵੋਟ ਪਾਰਟੀ ਨੂੰ ਵੋਟ ਦੇਣ ਦਾ ਕੋਈ ਮਨ ਬਣਾਈਏ ਤਾਂ ਕੇ ਵੀ ਇਹ ਪਾਰਟੀ ਚੰਗੀ ਹੈ ਸਾਡੀਆਂ ਤਾਂ ਵੋਟਾਂ ਤੋਂ ਬਾਅਦ ਦੇ ਵਿੱਚ ਸਾਡੇ ਤਾਂ ਕੋਈ ਆ ਕੇ ਰਾਜੀ ਉਹ ਵੀ ਨਹੀਂ ਪੁੱਛਦਾ ਅਸੀਂ ਇਸ ਗੱਲ ਕਰਦੇ ਆ ਬਾਦ ਰਹਿਣ ਕਰਿਆ ਕਿ ਮਲਕੀਰ ਸਿੰਘ ਕੀਤੂ ਜਦੋਂ ਸੱਤ ਚ ਹਾਰਿਆ ਅਜੇ ਗਿਣਤੀ ਹੋ ਰਹੀ ਸੀ ਉਹ ਇਸ ਮਹੱਲੇ ਚ ਆ ਕੇ ਹੱਥ ਬੰਨਦਾ ਫਿਰਦਾ ਸੀ ਭੈਣੋ ਮੈਂ ਹਾਰ ਗਿਆ ਤੇ ਸਾਨੂੰ ਤਾਂ ਉਹੇ ਦੇ ਲੀਡਰ ਦੀ ਜ਼ਰੂਰਤ ਹੈ ਬਾਈ ਜੀ ਤੁਸੀਂ ਦੱਸੋ ਜੋ ਆ ਬਜ਼ੁਰਗਾਂ ਨੇ ਆਖੀ ਹੈ ਗੱਲ ਕਿ 1 ਸਾਲ ਦੇ ਵਿੱਚ ਜਿਹਦੇ ਘਰ 4 ਜੀ ਨੇ 5 ਜੀ ਨੇ 24000 ਦੀ ਇੱਕ ਇਸ਼ਤਿਹਾਰਬਾਜ਼ੀ ਚੱਲ ਰਹੀ ਹੈ ਟੀਵੀ ਦੇ ਉੱਤੇ ਲਗਾਤਾਰ ਕੀ ਸ਼੍ਰੋਮਣੀ ਅਕਾਲੀ ਦਲ ਗਰੰਟੀ ਦੇ ਰਹੀ ਹੈ ਕਿ ਜਿਹੜਾ ਬੱਚਾ ਪੜ ਰਿਹਾ ਜਮਰ ਜਿਹੜੀ ਧੀ ਪੜ ਕੇ ਨਿਕਲੂਗੀ ਉਸ ਨੂੰ ਰੋਜ਼ਗਾਰ ਵੀ ਦਿੱਤਾ ਜਾਊਗਾ ਸਾਡੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹ ਰਜਗਾਰ ਦੇਣ ਦੀ ਵੀ ਗੱਲ ਕਰੀ ਆ ਤੇ ਜੇ ਕਿਸੇ ਨੇ ਆਪਣਾ ਬਿਜ਼ਨਸ ਕਰਨਾ ਜਾਂ ਕਿਸੇ ਨੇ ਬਾਹਰ ਜਾਣਾ 10 ਲੱਖ ਰੁਪਇਆ ਲੋਨ ਦੀ ਵੀ ਬਿਨਾ ਵਿਆਜ ਤੋਂ ਗੱਲ ਕਰੀ ਆ ਤੇ ਹੋਰ ਵੀ ਜਿਹੜੀਆਂ ਕੋਈ ਆਟੇ ਦਾਲ ਦੀਆਂ ਸਕੀਮਾਂ ਨੇ ਨੀਲੇ ਕਾਡ ਲਾ ਲੋ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣਾ ਸਾਡੇ ਪਾਰਟੀ ਪ੍ਰਧਾਨ ਜੋ ਗੱਲ ਕਹਿੰਦੇ ਆ ਉਹ ਕਰਦੇ ਆ ਤੇ ਪਿੰਡ ਵਾਸੀਆਂ ਨਾਲ ਪਹਿਲਾਂ ਗੱਲਬਾਤ ਕਰਦੇ ਆ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਜਿਹੜੇ ਉਹ ਕੰਮ ਕਰਨਗੇ ਸੋ ਤੁਸੀਂ ਦੱਸੋ ਜੀ ਤੁਸੀਂ ਅਕਾਲੀ ਦਲ ਦੇ ਸਮਰਥਕ ਹੋ ਤੁਸੀਂ ਜਵਾਬ ਦੇ ਦਿਓ ਬਜ਼ੁਰਗਾਂ ਨੇ ਜਿਹੜਾ ਸਵਾਲ ਚੁੱਕੇ ਨੇ ਜੀ ਨਹੀਂ ਮੈਂ ਤਾਂ ਜੀ ਇੱਕ ਇੱਕ ਮਿੰਟ ਮੋੜਾ ਹਾਂਜੀ ਦੱਸੋ ਕੀ ਲੋੜ ਆ ਤੁਹਾਡੀ ਲੋੜ ਦੱਸੋ 2 ਸਾਲ ਹੋ ਗਏ ਜੀ ਮੈਨੂੰ ਦਰਖਾਸਤਾਂ ਦਿੱਤੀਆਂ ਨੇ ਅੱਜ ਤੱਕ ਦਫ਼ਤਰ ਦੇ ਵਿੱਚ ਯੂਨੋ ਨੰਬਰ ਵੀ ਲਾ ਕੇ ਦਿੱਤੇ ਜੀ ਆ ਹੁਣ ਵੀ ਫੇਰ ਦੁਬਾਰਾ ਲਤਾ ਰੋਲ ਵੱਡ ਰਿਹਾ ਜੀ ਉਹ 30 ਤੇ 3 ਫੁੱਟ ਰਸਤਾ ਜੀ ਅੱਛਾ ਅੱਜ ਉਹਨੂੰ ਕਰੋਜਮੈਂਟ ਕਰਾਈ ਜਾਂਦੇ ਜੀ ਮਤਲਬ ਪ੍ਰਧਾਨ ਤੀਓ ਜੀ ਨਾਲ ਮਿਲ ਕੇ ਕਾਗਜ਼ਾਂ ਤੇ ਮੰਤਰ ਸਾਡਾ ਰੋਡ ਜੋ ਅੱਜ ਮੌਜੂਦਾ ਕਰੋਜਮੈਂਟ ਕਰਾਈ ਰਹੇ ਨੇ ਕਰਾਰ ਹੈ ਜੀ ਮਤਲਬ ਪੰਨਾ ਕਢਵਾ ਰਹੇ ਨੇ ਪੈਸੇ ਲੈ ਕੇ ਜੀ ਮਤਲਬ ਪੈਸੇ ਲੈ ਕੇ ਹਾਂਜੀ ਭਾਈ ਜੀ ਠੀਕ ਕਹਿ ਰਹੇ ਨੇ ਉਹ ਹਾਂਜੀ ਹਾਂ ਬਿਲਕੁਲ ਸਹੀ ਕਹਿ ਰਹੇ ਆ ਜੀ ਇਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਵੀ ਕਰੀ ਆ ਪਰ ਪ੍ਰਸ਼ਾਸਨ ਕੋਈ ਗੱਲ ਸੁਣੀ ਨਹੀਂ ਰਿਹਾ ਪਰ ਇਸੇ ਗੱਲ ਤੋਂ ਆਹੀ ਜਾਪਦਾ ਵੀ ਜਦੋਂ ਈਓ ਪ੍ਰਧਾਨ ਕੋਈ ਗੱਬੀ ਇਹਨਾਂ ਦਾ ਕੋਈ ਵਿੱਚ ਦਾਲ ਚਕਾਲਾ ਪਰ ਦਾਲ ਚਕਾਲਾ ਨਹੀਂ ਸਾਨੂੰ ਐ ਲੱਗਦਾ ਵੀ ਧਾਲੀ ਕਾਲੀ ਆ ਵੇ ਐਨਾ ਮਹਿੰਗਾ ਥਾ ਕਿਵੇਂ ਕਮੇਟੀ ਛੱਡ ਦੂਗੀ ਸੋ ਗਲੀ ਦੇ ਵਿੱਚ ਨਜਾਇਜ਼ ਕਬਜ਼ੇ ਦੀ ਗੱਲ ਕਰ ਰਹੇ ਹੋ ਤੁਸੀਂ ਹਾਂ ਹਾਂ ਜੀ ਨੰਬਰੀ ਖੇਤ ਮਤਲਬ ਖੇਤ ਹੈ ਜੀ ਸਾਡਾ ਮਤਲਬ ਨੰਬਰੀ ਉਹ Araa ਜੀ ਸਾਡਾ 33 ਫੁੱਟ ਰਸਤਾ ਜੀ ਤੁਸੀਂ ਪਿੰਡ ਦੇ ਵਾਸੀ ਹੋ ਨਾ ਦੱਸੋ ਪਹਿਲਾਂ ਆਪਣਾ ਲੋ ਤੇ ਦਾ ਅੱਧਾ ਡਰ ਰਹੇ ਨੇ ਜਿਵੇਂ ਬੰਬ ਲਾਣਾ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਕੋਈ ਗੱਲ ਨਹੀਂ ਭਾਈ ਜੀ ਮੈਂ ਕੋਈ ਗੱਲ ਨਹੀਂ ਮੈਂ ਆਣਾ ਤੁਹਾਡੇ ਕੋਲ ਮੈਂ ਆਣਾ ਤੁਹਾਡੇ ਕੋਲ ਭਾਈ ਜੀ ਦਾ ਸ਼ਰਮਾਇਆ ਜਿਹੜਾ ਬਾਹਰ ਜਾ ਰਿਹਾ ਹੈ ਨਾ ਮੁੰਡੇ ਬਾਹਰ ਪੜਨ ਨੂੰ ਦੇਖਣ ਵਾਸਤੇ ਜਾਂਦੇ ਨੇ 20 20 30 ਲੱਖ ਦੇ ਕੇ ਉਹ ਪੈਸੇ ਨੂੰ ਬੱਚਿਆਂ ਨੂੰ ਰੋਕਿਆ ਜਾਵੇ ਉਹਨਾਂ ਦੀ ਪੜ੍ਹਾਈ ਕਰਾ ਕੇ ਇੱਥੇ ਉਹਨਾਂ ਨੂੰ ਉਹੀ ਪੈਸਾ ਰਜਗਾਰ ਜਿਹੜਾ ਹੈਗਾ ਸਰਕਾਰ ਜ਼ਿੰਮੇਵਾਰੀ ਬਣੇ ਕਿ ਵੀ ਅਸੀਂ ਇਹ ਬਾਹਰ ਜਿਹੜਾ ਉਹ ਬਾਹਰ ਪੈਸਾ ਜਾਂਦਾ ਅਸੀਂ ਇਹੀ ਪੰਜਾਬ ਦੇ ਵਿੱਚ ਹੀ ਲਵਾ ਕੇ ਉਹਨਾਂ ਬੱਚਿਆਂ ਤੋਂ ਉਹਨਾਂ ਨੂੰ ਪੜਾ ਲਿਖਾ ਕੇ ਉਹ ਕੀਤਾ ਜਾਵੇ ਪੰਜਾਬ ਨੂੰ ਕਿਉਂ ਸਾਰੀਆਂ ਪਾਰਟੀਆਂ ਕੰਗਾਲ ਕਰ ਨਹੀਂ ਜਾਂਦੇ ਕਿਉਂ ਬੱਚੇ ਬਾਹਰ ਜਾ ਰਹੇ ਨੇ ਸਾਡੇ ਜਿਹੜੇ ਬੇਲੇ ਤੁਰੇ ਫਿਰਦੇ ਨੇ ਬੱਚੇ ਉਹ ਨਸ਼ੇ ਤੇ ਲਾਛ ਦੇ ਨੇ ਇਹਨਾਂ ਨੇ ਉਹਨਾਂ ਨੂੰ ਇਹ ਇਹਨਾਂ ਚੀਜ਼ਾਂ ਦੀ ਸਰਕਾਰ ਗਰੰਟੀ ਦੇਵੇ ਨਸ਼ਾ ਬੰਦ ਕਰੇ ਬੱਚਾ ਦੀ ਪੜ੍ਹਾਈ ਲਿਖਾਈ ਕਰਕੇ ਉਹਨਾਂ ਨੂੰ ਰੋਜ਼ਗਾਰ ਦੇਵੇ ਭਾਈ ਜੀ ਦੇਖੋ ਇੱਕ ਗੱਲ ਮੰਨਦੇ ਹਾਂ ਕਿ ਪੁਲਿਸ ਅਫਸਰ ਐਸਪੀ ਤੱਕ ਜਿਹੜਾ ਰੈਂਕ ਹੁੰਦਾ ਉਸ ਕੋਲ ਬਹੁਤ ਪਾਵਰ ਹੁੰਦੀ ਹੈ ਨਸ਼ੇ ਨੂੰ ਜੇਕਰ ਬੰਦ ਕਰਨਾ ਹੋਵੇ ਕਰਾ ਸਕਦੇ ਨੇ ਪੁਲਿਸ ਪ੍ਰਸ਼ਾਸਨ ਸੋ ਕਿਤਨਾ ਕਿਤੇ ਸਰਕਾਰਾਂ ਦੀ ਵੀ ਮਿਲੀ ਭੁਗਤ ਰਹੀ ਹੋਊਗੀ ਤਾਂ ਹੀ ਸ਼ਾਇਦ ਅਜੇ ਤੱਕ ਪੰਜਾਬ ਦੇ ਵਿੱਚ ਨਸ਼ਾ ਬੰਦ ਨਹੀਂ ਹੋਇਆ ਜਿਹੜੀ ਮਿਲੀ ਭੁਤ ਵਾਲੀ ਗੱਲ ਹੈ ਜੀ ਇਹਨਾਂ ਨੇ ਦੇਖੋ ਅਕਾਲੀ ਦਲ ਨੂੰ ਰੱਜ ਕੇ ਬਦਨਾਮ ਕੀਤਾ ਨਸ਼ਿਆਂ ਪ੍ਰਤੀ ਮਤਲਬ ਜੇ ਸਰਕਾਰ ਨਸ਼ਾ ਬੰਦ ਕਰਾਉਣਾ ਚਾਹੇ ਨਸ਼ਾ ਤਾਂ ਚੌਂਕੀ ਠਾਣੇ ਦੇ ਮਗਰ ਮੂਰੀ ਵੀ ਕੀ ਜਾਂਦਾ ਲਓ ਅਸੀਂ ਸਾਨੂੰ ਅਫਸਰ ਅਸੀਂ ਫੜਾ ਦਿੰਨੇ ਆ ਕੱਲ ਨੂੰ ਫੜਾ ਦਿੰਨੇ ਆ ਠੀਕ ਹੈ ਮਿਲੀ ਭੂਤ ਬਣਾ ਕਿਵੇਂ ਕਿਵੇਂ ਵਿਕੂਗਾ ਜੀ ਜੇ ਕੋਈ ਮਿਲੀ ਭੂਤਾ ਫੇਰ ਹੀ ਚੌਂਕੀ ਦੇ ਮਗਰ ਲਾ ਲਓ ਠਾਣੇ ਦੇ ਪਿੱਛੇ ਲਾ ਲਓ ਬਰਨਾਲੇ ਲਾ ਲਓ ਸਾਡੇ ਹੰਢਾਏ ਲਾ ਲਓ ਛਰੇ ਆਮ ਨਸ਼ਾ ਵੇਚਦਾ ਫੜਦੇ ਹੀ ਨਹੀਂ ਪਰਚੇ ਹੀ ਨਹੀਂ ਦਿੰਦੇ ਜੇ ਕਿਸੇ ਕੋਲੋਂ ਬੋਤਲ ਸ਼ਰਾਬ ਦੀ ਫੜੀ ਜਾਵੇ ਉਹ ਉਹਨੂੰ ਫੜ ਲੈਂਦੇ ਆ ਠੀਕ ਹੈ ਤੋ ਤੁਹਾਡਾ ਕੀ ਨਾਮ ਹੈ ਜੀ ਸਾਡਾ ਨਾਮ ਮੰਗੋਸ਼ੰਗ ਜੀ ਹੈ ਤੁਸੀਂ ਦੱਸ ਦਿਓ ਜੀ ਨਸ਼ਾ ਬੰਦ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਕਿਹੜੇ ਰਾਹਵਲ ਤੁਰ ਪਿਆ ਇਹ ਰਾਜ ਐ ਜੀ ਇੱਕ ਗੱਲ ਹੋਰ ਆ ਅੱਜ ਦਾ ਕਾਲੀ ਸਰਕਾਰ ਦੇ ਵਿੱਚ ਨਸ਼ਾ ਕੋਈ ਨਹੀਂ ਲੋਕਾਂ ਦਾ ਜਮਾਨ ਇਨਸ਼ਾਨਤ ਤੇ ਇਮਾਨਦਾਰੀ ਤੇ ਕਿੱਦੇ ਦੀ ਸਰਕਾਰ ਕਾਂ ਰਹਾ ਆ ਉਧਰ ਨਸ਼ੇ ਖਾ ਖਾ ਕੇ ਬਾਜ਼ਾਰ ਦੇ ਵਿੱਚ ਆਉਂਦੇ ਨੇ ਮੁੰਡੇ ਨੌਜਵਾਨ ਕੰਮਲੇ ਕਰੇ ਪੈਣੇ ਉਹਰੇ ਵਿੱਚ ਕਿਤੇ ਖਾਂਦੇ ਨੇ ਨਸ਼ੇ ਜਾ ਕੇ ਬੁੜੀਆਂ ਲੜਦੇ ਨੇ ਉਦੋਂ ਵਾਰ ਕੋਈ ਬਾਹੂ ਰਾਜਾ ਨਹੀਂ ਕੋਈ ਹੈਗਾ ਤਾਂ ਉਹਰੇ ਵਿੱਚੋ ਕਹਿੰਦੇ ਵੀ ਤੂੰ ਇਹ ਕਿ ਦੁਆ ਖਾ ਉਹ ਕਹਿੰਦੇ ਕਿ ਖਾਣ ਤਾਂ ਮੰਗਰ ਪੈਂਦੇ ਨੇ ਬੜੀਆਂ ਦੇ ਵਿੱਚ ਇਹ ਕੰਟਰੋਲ ਕੀਤਾ ਜਾਵੇ ਕਹਿੰਦਾ ਤੁਹਾਡੇ ਕੋਲ ਆਨੇ ਆ ਗੱਲ ਇਹ ਵੀ ਆ ਨਾ ਕਿ ਜੇਕਰ ਕੋਈ ਕੰਪਲੇਂਟ ਲਿਖਾਉਂਦਾ ਕਿਸੇ ਖਿਲਾਫ ਪਰ ਉਹ ਨੀਜੀ ਰੰਜਿਸ਼ਾਂ ਰੱਖਣ ਲੱਗ ਜਾਂਦੇ ਨੇ ਜਿਨ੍ਹਾਂ ਖਿਲਾਫ ਅਸੀਂ ਕੰਪਲੇਂਟ ਕਰਾਉਂਦੇ ਵੀ ਨੇ ਹੁਣ ਜਿਹੜੇ ਫੈਮਿਲੀ ਵਾਲੇ ਲੋਕ ਨੇ ਉਹ ਕਿਵੇਂ ਹਿੰਮਤ ਕਰਨ ਕਿਵੇਂ ਪੁਲਿਸ ਕੋਲ ਜਾਣ ਹਾਲਾਂਕਿ ਕਈ ਗੱਲਾਂ ਸਾਹਮਣੇ ਇਦਾਂ ਵੀ ਨਿਕਲ ਕੇ ਆਉਂਦੀਆਂ ਕਿ ਪੁਲਿਸ ਪ੍ਰਸ਼ਾਸਨ ਮਿਲਿਆ ਹੋਇਆ ਕਿਤਨਾ ਕਿਤੇ ਹੈਨਾ ਸੋ ਉਹਨਾਂ ਲਈ ਵੀ ਇੱਕ ਚੁਣੌਤੀ ਹੈ ਅਸੀਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਜੀ ਕਿ ਕਿਸੇ ਕਿਸੇ ਪਾਰਟੀ ਦਾ ਨਾਮ ਲਈਏ ਇਹ ਜਿੱਦਿਓ ਕੋਈ ਵੀ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਜਿਹੜੇ ਮੌਜੂਦਾ ਸਾਡੇ ਚੁਣੇ ਹੋਏ ਪੰਚਾਇਤ ਪੱਧਰ ਤੋਂ ਲੈ ਕੇ ਉੱਪਰ ਤੱਕ ਜਿਹੜੇ ਉਹ ਬੰਦੇ ਨੇ ਉਹ ਸਭ ਤੋਂ ਵੱਡੇ ਦੋਸ਼ੀ ਨੇ ਇਨਾਂ ਦੇ ਨੱਥ ਪਾਈ ਜਾਵੇ ਇਹ ਕਰਾਉਂਦੇ ਨੇ ਜੇ ਇਹ ਬੰਦਿਆਂ ਦੀ ਪੁੱਛ ਪੜਤਾਲ ਕਰੀ ਕਰਵਾਈ ਜਾਵੇ ਉੱਪਰ ਤੱਕ ਤੇ ਇਹ ਜਿਹੜੇ ਇਸ ਤਰ੍ਹਾਂ ਦੇ ਨਸ਼ਾਖੋਰ ਨੇ ਜਾਂ ਨਸ਼ਾ ਵੇਚਣ ਵਾਲੇ ਨੇ ਜਾਂ ਖਾਣ ਵਾਲੇ ਨੇ ਇੱਕ ਇਹਨਾਂ ਦਾ ਵੀ ਕੁਝ ਫਰਜ਼ ਬਣਦਾ ਜਿਨ੍ਹਾਂ ਨੂੰ ਪੂਰੇ ਮੁਹੱਲੇ ਨੇ ਜਾਂ ਪੂਰੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਮੂਹਰੇ ਲਾਇਆ ਉਹ ਆਪ ਮਗਰ ਹੋ ਜਾਂਦੇ ਨੇ ਲੋਕਾਂ ਨੂੰ ਮੂਹਰੇ ਕਰ ਦਿੰਦੇ ਨੇ ਇਸ ਤਰ੍ਹਾਂ ਦਾ ਰੱਤ ਰਵਈਆ ਜਿਹੜਾ ਇਹ ਪੰਜਾਬ ਦੇ ਵਿੱਚੋਂ ਕੋਈ ਕਾਨੂੰਨ ਬਣਾ ਕੇ ਖਤਮ ਕੀਤਾ ਜਾਣਾ ਚਾਹੀਦਾ ਬਾਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਬਜ਼ੁਰਗਾਂ ਨੇ ਇਲਜ਼ਾਮ ਵੀ ਲਾ ਦਿੱਤੇ ਕਹਿ ਵੀ ਦਿੱਤਾ ਕਿ ਆ ਕਿਸ ਕਾਰਨ ਪੰਜਾਬ ਦੇ ਵਿੱਚ ਨਸ਼ਾ ਵਧਿਆ ਤੁਸੀਂ ਕੋਈ ਸਫਾਈ ਦੇਣਾ ਚਾਹੋ ਜਾਂ ਫਿਰ ਤੁਸੀਂ ਕੋਈ ਗੱਲ ਆਖਣੀ ਚਾਹੋ ਪਿੰਡ ਨੂੰ ਲੈ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਜਿਹੜਾ ਨਸ਼ਾ ਵਧਣ ਦੀ ਗੱਲ ਹੈ ਜੀ ਦੇਖੋ ਨਸ਼ਾ ਵਧਦਾ ਤਾਂ ਸਰਕਾਰਾਂ ਦੀ ਸਹਿ ਨਾਲ ਹੀ ਆ ਠੀਕ ਹੈ ਨਾ ਜੀ ਨੰਬਰ 2 ਕ腐ਸ਼ਨ ਠੀਕ ਹੈ ਹੁਣ ਜਿਹੜੀ ਸਰਕਾਰ ਆ ਕਾਂਗਰਸ ਸਰਕਾਰ ਆ ਤੁਸੀਂ ਪਟਵਾਰੀ ਦੇ ਵਗਜੋ ਉੱਥੇ ਵੀ ਪੈਸੇ ਦੇ ਕੇ ਕੰਮ ਹੋਣਗੇ ਬਿਜਲੀ ਬੋਰਡ ਦਫ਼ਤਰ ਵਗਜੋ ਉੱਥੇ ਵੀ ਪੈਸਾ ਦੇ ਕੇ ਕੰਮ ਹੋਣਗੇ ਪੁਲਿਸ ਵਾਲਿਆਂ ਕੋਲੇ ਵਗਜੋ ਉੱਥੇ ਵੀ ਪੈਸਾ ਦੇ ਕੇ ਹੁਣ ਜਿਹੜੇ ਆ ਨਸ਼ੇ ਵਾਲੇ ਬੰਦੇ ਆ ਪੈਸੇ ਵੱਧ ਬਣਾਉਂਦੇ ਆ ਆ ਗ੍ਰੋਥ ਵੀ ਵੱਧ ਕਰਦੇ ਆ ਕਿਉਂਕਿ ਇਹਨਾਂ ਨੂੰ ਪੈਸੇ ਵੱਧ ਵੱਣਦੇ ਆ ਵੰਡਿ ਜਾਂਦੇ ਆ ਸਾਰੇ ਪਾਸੇ ਹੁਣ ਸਾਡੀ ਪਾਰਟੀ ਦਾ ਤਾਂ ਇੱਕੋ ਇੱਕ ਏਜੰਡਾ ਹੋਊਗਾ ਵੀ ਪਹਿਲਾਂ ਤਾਂ ਕਰਪਸ਼ਨ ਖਤਮ ਕਰਨੀ ਕਰਪਸ਼ਨ ਖਤਮ ਹੋ ਗਈ ਤਾਂ ਸਾਰਾ ਕੁਝ ਹੀ ਖਤਮ ਹੋ ਜੂ ਜਦੋਂ ਕੋਈ ਪੁਲਿਸ ਵਾਲਿਆਂ ਨੂੰ ਚਾਰ ਪੈਸੇ ਨਹੀਂ ਮਿਲਣਗੇ ਉਹ ਆਪੀ ਨਸ਼ੇ ਵਾਲਿਆਂ ਨੂੰ ਫੜਨਗੇ ਹਾਂਜੀ ਨੰਬਰ 2 ਸਾਡੀ ਕਾਲੀ ਸਰਕਾਰ ਦਾ ਸਿਹਤ ਸਹੂਲਤ ਤੇ ਸਿੱਖਿਆ ਜਿਆਦਾ ਜ਼ੋਰ ਇਸੇ ਗੱਲ ਤੇ ਦਿੱਤਾ ਜਾਊਗਾ ਵੀ ਜਿਹੜੀ ਸਿੱਖਿਆ ਕੀ ਜਮਾਂ ਫ੍ਰੀ ਹੋਵੇ ਠੀਕ ਆ ਹੌਸਪੀਟਲ ਆਪਣੇ ਨੇੜੇ ਹੋਣ ਕਿਸੇ ਨੂੰ ਕੋਈ ਇਲਾਜ ਦੀ ਲੋੜ ਆ ਹੋਰ ਆ ਉਹ ਮੰਨ ਲਓ ਕਿ ਸੌਖਾ ਹੋਵੇ ਬਸ ਦੋ ਤਿੰਨ ਮੈਟਰ ਹੈ ਜੀ ਜਿਹਦੇ ਨਾਲ ਆਪਣਾ ਪੰਜਾਬ ਖੁਸ਼ਹਾਲ ਹੋ ਸਕਦਾ ਜਿਸ ਤਰ੍ਹਾਂ ਮਾਫੀਆ ਨੇ ਪੈਦਾ ਹੋਏ ਹੋਏ ਰੇਤ ਮਾਫੀਆ ਉਹ ਖਤਮ ਹੋ ਜਾਣ ਉਹ ਸਰਕਾਰ ਨੂੰ ਖਜ਼ਾਨੇ 'ਚ ਪੈਸਾ ਆਉਣ ਲੱਗ ਜੂ ਉਹੀ ਪੈਸਾ ਸਾਡੇ ਤੇ ਲੱਗਣਾਗਾ ਬਾ ਸਾਡੀ ਇੱਕੋ ਇੱਕ ਸਾਡੇ ਪਬਲਿਕ ਨੂੰ ਅਪੀਲ ਵੀ ਆ ਮੰਗ ਵੀ ਆ ਵੀ ਕਿਸੇ ਦੇ ਵੀ ਝੂਠੇ ਲਾ ਰਿਆ ਚਨਾਉ ਝੁੱਠੀਆਂ ਸੌਹਾਂ ਚਨਾਉ ਆਪ ਦਾ ਸੋਚੋ ਸੋਚ ਕੇ ਵੋਟ ਪਾਓ ਠੀਕ ਹੈ ਹਾਂਜੀ ਸੋ ਪਿੰਡ ਹੰਡਿਆਏ ਜ਼ਿਲ੍ਹਾ ਬਰਨਾਲਾ ਦੇ ਵਿੱਚ ਅੱਜ ਵਿਜ਼ਨ ਪੰਚਾਇਤ ਲੱਗੀ ਆ ਪਿੰਡ ਦੇ ਲੋਕਾਂ ਨੇ ਗੱਲਬਾਤ ਕੀਤੀ ਕਿ ਆ ਪਿੰਡ ਦੇ ਵਿੱਚ ਕਮੀਆਂ ਵੀ ਨੇ ਘਾਟਾਂ ਵੀ ਨੇ ਦੋਸ਼ ਦੇ ਰਹੇ ਨੇ ਉਹ ਕਾਂਗਰਸ ਸਰਕਾਰ ਨੂੰ ਲੱਗ ਰਹੇ ਨੇ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਤੇ ਲੱਗ ਰਹੇ ਨੇ ਨਸ਼ੇ ਨੂੰ ਲੈ ਕੇ ਗੱਲਬਾਤ ਹੋਈ ਕਿ ਸੂਬੇ ਦੇ ਵਿੱਚ ਨਸ਼ਾ ਕਿਸ ਪੱਧਰ ਤੇ ਵਧ ਰਿਹਾ ਹੈ ਕਿਸ ਤਰ੍ਹਾਂ ਨਸ਼ੇ ਉੱਤੇ ਕਾਬੂ ਪਾਈ ਜਾ ਸਕਦੀ ਹੈ ਸੋ ਵਿਜ਼ਨ ਪੰਚਾਇਤ ਲਾਵਾਂਗੇ ਕਿਸੇ ਹੋਰ ਪਿੰਡ ਨਵੇਂ ਸਵਾਲਾਂ ਦੇ ਨਾਲ ਸਾਨੂੰ ਦਿਓ ਇਜਾਜ਼ਤ ਵੇਖਦੇ ਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ